ਪੰਜਾਬ ਵਿੱਚ ਕਥਿਤ ਅੱਤਵਾਦ ਦੇ ਦੌਰ ਵਿੱਚ ਪੰਜਾਬ ਦੀ ਕੀ ਸਥਿਤੀ ਸੀ, ਰਾਜਨੇਤਾਵਾਂ, ਪੁਲਿਸ ਅਧਿਕਾਰੀਆਂ ਤੇ ਮੀਡੀਆ ਨਾਲ ਆਪਣੀ ਭੂਮਿਕਾ ਕਿਸ ਤਰ੍ਹਾਂ ਅਦਾ ਕੀਤੀ ਅਤੇ ਇਸ ਦੇ ਮੁੱਦੇ ਤੇ ਪੱਤਰਕਾਰ PPS ਗਿੱਲ ਦੁਆਰਾ ਲਿਖੀ ਗਈ ਕਿਤਾਬ ਬੁੱਕ ਵਰਲਡ ਔਨ ਦ ਗ੍ਰੀਨ ਪੰਜਾਬ ਟ੍ਰਿਸਟ ਵਿੱਚ ਟੈਰਰ ਦੀ ਕੁੰਡ ਚੁਕਾਈ, ਹੁਣ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਚੰਡੀਗੜ੍ਹ ਵਿੱਚ ਕੀਤੀ ਹੈ। ਇਸ ਦੌਰਾਨ ਪੱਤਰਕਾਰ ਦੇ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਇਨਸਾਨ ਦੇ ਸਰੀਰ ਵਿੱਚ ਖੂਨ ਗਰਦਿਸ਼ ਕਰਦਾ ਹੈ, ਉਸੇ ਤਰ੍ਹਾਂ ਕਿਤਾਬਾਂ ਵੀ ਇਨਸਾਨ ਦੇ ਜੀਵਨ ਦਾ ਅਹਿਮ ਹਿੱਸਾ ਬਣਦੀਆਂ ਨੇ। ਇਹ ਕਿਤਾਬ ਜਿਹੜੀ ਅੱਜ ਰਿਲੀਜ਼ ਹੋਈ ਹੈ, ਪੰਜਾਬ ਦੇ ਲੋਕ ਇਹਨੂੰ ਬੜੀ ਦਿਲਚਸਪੀ ਨਾਲ ਪੜ੍ਹਨਗੇ। ਔਰ ਵੈਸੇ ਵੀ ਮੈਂ ਸਮਝਦਾ ਹਾਂ ਕਿ ਜਿਹੜੀ ਕਿਤਾਬ ਹੁੰਦੀ ਹੈ ਜਾਂ ਅਦਬ ਹੁੰਦਾ ਜਾਂ ਅਦੀਬ ਹੁੰਦਾ, ਜਿਵੇਂ ਇਨਸਾਨ ਦੇ ਸਰੀਰ ਦੇ ਵਿੱਚ ਖੂਨ ਗਰਦਿਸ਼ ਕਰਦਾ, ਉਸੇ ਤਰ੍ਹਾਂ ਹੀ ਇਹ ਕਿਤਾਬਾਂ ਪੜ੍ਹਾਈ ਲਿਖਾਈ ਹੈ, ਇਹ ਆਪਣੀ ਦਿਮਾਗ ਦੀ ਖੁਰਾਕ ਹੈ ਔਰ ਇਨਸਾਨ ਦੇ ਲਹੂ ਵਾਂਗੂ। ਔਰ ਜੇ ਇਹ ਲਹੂ ਗਰਦਿਸ਼ ਕਰਨਾ ਖਤਮ ਹੋ ਜਾਏ ਤਾਂ ਮੈਂ ਸਮਝਦਾ ਫਿਰ ਇਨਸਾਨ ਨੂੰ ਮੁਰਦਾ ਕਹਿੰਦੇ।